ਦਰਵਾਜ਼ਾ ਵੇਖੋ ਕਿੱਡਾ ਸ਼ਾਹੀ ਦਰਵਾਜ਼ਾ ਮੈਂ ਉਹ ਵੀ ਪੱਟ ਬੰਦ ਕਰਿਓ ਪਚਹੱਤਰ ਸਾਲ ਗੁਜ਼ਰ ਗਏ ਜੀ ਅੱਜ ਵੀ ਪਿਛਲੇ ਦਾਦਾ ਪਾਇਆ ਲੈ ਪਿੰਡ ਸੈਦੂ ਦਾਤਾ ਸੈਦੂ ਇਹ ਸੈਦੂ ਹੈ ਉਹ ਦਾਤਾ ਨਾਲ ਜੀ ਮੈਂ ਇਸ ਵੇਲੇ ਪਿੰਡ ਸੈਦੂ ਦਾਤਾ ਦੇ ਵਿਚ ਮੌਜੂਦ ਹਾਂ ਜੀ ਤਹਿਸੀਲ ਜ਼ਫਰਵਾਲ ਔਰ ਜ਼ਿਲ੍ਹਾ ਨਾਰੋਵਾਲ ਪਾਕਿਸਤਾਨ ਬਣਨ ਤੋਂ ਪਹਿਲੇ 1947 ਤੋਂ ਪਹਿਲੇ ਇਹ ਪਿੰਡ ਵੀ ਸਿੱਖ ਦਿਓ ਜੱਟਾਂ ਦਾ ਪਿੰਡ ਸੀ ਜੀ ਉਹਨਾਂ ਦੀ ਮਲਕੀਆ ਸੀ ਅਤੇ ਮੈਂ ਤੁਹਾਨੂੰ ਉਹਦੇ ਦਰਸ਼ਨ ਦੀ ਦਾਰੇ ਕਰਵਾ ਰਿਹਾ ਮੈਂ ਥੋੜ੍ਹੀ ਦੇਰ ਪਹਿਲੇ ਅਸੀਂ ਇੱਕ ਘਰ ਦਿਖਾਇਆ ਉਹਦੇ ਘਰ ਦਿਖਾਉਣ ਤੋਂ ਬਾਅਦ ਅਸੀਂ ਨਿਕਲੇ ਜਦ ਬਾਹਰ ਅਤੇ ਚਾਚੂ ਹੋਰੀ ਦੱਸ ਰਹੇ ਸਨ ਕਿ ਇਸ ਜਗ੍ਹਾ ਪਿੰਡ ਦਾ ਦਾਇਰਾ ਹੁੰਦਾ ਸੀ ਅਤੇ ਇੱਥੇ ਬਹੁਤ ਵੱਡਾ ਬੋਰਡ ਦਾ ਦਰਖਤ ਸੀ ਜਿਹਦੇ ਥੱਲੇ ਬਹਿ ਕੇ ਬਾਬੇ ਬੁੱਢੜੇ ਪੇ ਗੱਪਾਂ ਛੱਪਾਂ ਮਾਰਦੇ ਸਨ ਇੱਕ ਦੂਸਰੇ ਦਾ ਹਾਲ ਹਵਾਲ ਪੁੱਛਦੇ ਸਨ ਵੀ ਬੋਰਡ ਦਾ ਬੂਟਾ ਖਤਮ ਹੋ ਗਿਆ ਪਿੰਡ ਸੈਦੂ ਦਾਤਾ ਸੈਦੂ ਦਾਤਾ ਸੈਦੂ ਦਾਤਾ 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 ਸੈਦੂ ਦਾਤਾ ਸੈਦੂ ਦਾਤਾ ਜਮੀਨ ਵੀ ਵੰਡਣੀ ਉਸ ਪਿੰਡ ਦੀ ਜਮੀਨ ਉਧਰ ਲੱਗ ਜਿਸ ਭਰਾਵਾਂ ਨੇ ਵੰਡਾ ਨੀ ਹੋਈ ਯਾਰ ਤੇਰਾ ਨੰਬਰ ਆ ਗਿਆ ਨਾ ਤੂੰ ਦਾਤੇ ਦਾ ਅੱਗੇ ਰੱਤਾ ਆ ਗਿਆ ਸਹੀ ਵੰਡ ਇਹ ਨਾਲ ਨਾਲ ਅਸਾਂ ਨਾਲ ਨੰਬਰ ਠੀਕ ਠੀਕ ਅੱਛਾ ਮਤਲਬ ਭਾਈਆਂ ਦੇ ਨਾਂ ਸਨ ਭਰਾਵਾਂ ਠੀਕ ਠੀਕ ਦਰਬਾਰ ਪੁਰਾਣਾ ਜੀ ਬਹੁਤ ਪੁਰਾਣਾ ਜੀ ਉਦੋਂ ਦਾ ਜੀ ਸਿੱਖਾਂ ਇਹ ਵੀ ਦਿਓ ਜੱਟਾਂ ਦਾ ਪਿੰਡ ਸੀ ਦਿਓ ਸਿੱਖ ਹੀ ਸਨ ਜੀ ਸਿੱਖ ਸਨ ਇਹ ਬਾਅਦ ਸਾਡੇ ਲੋਕਾਂ ਦੇ ਮਲਾ ਸਾਡੇ ਲੈ ਰਹੀਆਂ ਨੇ ਬਸਾ ਲਏ ਉਹ ਪਰਾਂ ਸਾਰੇ ਰਾਹੀਂ ਉੱਥੇ ਜਿਹੜੇ ਰਾਈ ਨੇ ਲੋਕਲ ਨੇ ਜਾਂ ਉਹ ਵੀ ਰਸ ਚ ਆਏ ਉਹ ਵੀ ਸਾਰੇ ਉੱਥੋਂ ਆਏ ਸਾਰੇ ਉੱਧਰ ਦੇ ਆਏ ਅੱਛਾ ਮਤਲਬ ਸਾਰਾ ਪਿੰਡ ਸਿੱਖਾਂ ਦਾ ਹੀ ਪਹਿਲੇ ਪਾਕਿਸਤਾਨ ਬਣਨ ਤੋਂ ਪਹਿਲੇ ਉਹ ਉੱਠ ਕੇ ਗਏ ਨੇ ਫਿਰ ਲੋਕ ਆਏ ਠੀਕ ਮਾਫ਼ੀ ਮੁਸ਼ਕਲ ਇੱਕ ਇਹ ਗਲੀ ਜਾਂਦੀ ਹੈ ਜੀ ਪਿੰਡ ਸੈਦੂ ਦਾਤੇ ਦਾ ਮੈਂ ਤੁਹਾਨੂੰ ਵਿਊ ਦਿਖਾ ਰਿਹਾ ਜੀ ਨਜ਼ਾਰਾ ਕਰਵਾ ਰਿਹਾ ਉਹਨਾਂ ਭੀੜੀਆਂ ਗਲੀਆਂ ਦਾ ਬਰੀਕ ਗਲੀਆਂ ਦਾ ਘਰ ਬਣਦੇ ਇੱਥੇ ਠੀਕ ਹੈ ਜੀ ਇੱਥੇ ਸਾਨੂੰ ਇੱਕ ਪੁਰਾਣੇ ਘਰ ਦੀ ਦੱਸ ਪਈ ਸੀ ਉਸ ਵਕਤ ਦਾ ਬਲਕਿ ਬਾਬਾ ਜੀ ਗੰਡਾ ਸਿੰਘ ਉਹਨਾਂ ਦੀ ਭੈਣ ਵੀ ਇਸ ਪਿੰਡ ਗਏ ਸੀ ਪਿੱਛੇ ਜੀ ਮੈਂ ਉਹਨਾਂ ਦੇ ਪਿੰਡ ਦੀ ਡਾਕੂਮੈਂਟਰੀ ਬਣਾਈ ਹੈ ਮੈਨੂੰ ਨਾਂ ਭੁੱਲ ਗਿਆ ਪਿੰਡ ਕਿਹੜਾ ਵੇ ਲੇਕਿਨ ਉਹਦਾ ਮੈਂ ਲਿੰਕ ਆਪਣੇ ਡਿਸਕ੍ਰਿਪਸ਼ਨ 'ਚ ਸ਼ੇਅਰ ਕਰ ਦਾਂਗਾ ਜੀ ਆ ਜਾਓ ਠੀਕ ਹੈ ਜੀ ਸ਼ੁਰੂ ਹੋਏ ਸਿੱਖ ਆ ਤੋੜ ਅੱਗੇ ਪੁਰਾਣੇ ਮਕਾਨ ਆ ਜਾਓ ਤੁਹਾਨੂੰ ਅੰਦਰ ਦੱਸਣਾ ਆ ਜਾਓ ਆ ਜਾਓ ਕੋਈ ਨੀ ਥੋੜਾ ਸ਼ੋਰ ਘੱਟ ਗਿਆ ਦਰਵਾਜ਼ਾ ਵੇਖੋ ਕਿੱਡਾ ਸ਼ਾਹੀ ਦਰਵਾਜ਼ਾ ਉਹ ਵੀ ਪੱਟ ਬੰਦ ਕਰਿਓ ਪਚਹੱਤਰ ਸਾਲ ਗੁਜ਼ਰ ਗਏ ਜੀ ਅੱਜ ਵੀ ਕਢਾਈ ਦੇਖੋ ਤੁਸੀਂ ਆਹੀ ਲੈ ਤੇਰੇ ਸਾਰਾ ਪਿਛਲੇ ਦਾਦਾ ਪਾ ਲੈ ਲੈਣ ਦਾ
ਪਿੰਡ ਸੈਦੂ ਦਾਤਾ ਸੈਦੂ ਇਹ ਸੈਦੂ ਹੈ ਉਹ ਦਾਤਾ ਨਾਲ ਅੱਛਾ 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 ਇਹ ਵੱਖਰਾ ਪਿੰਡ ਹੈ ਸੈਦੂ ਤਹਿਸੀਲ ਜ਼ਫਰਵਾਲ ਜ਼ਫਰਵਾਲ ਤੇ ਜ਼ਿਲ੍ਹਾ ਨਾਰੋਵਾਲ ਪਹਿਲੇ ਤਹਿਸੀਲ ਨਾਰੋਵਾਲ ਇਹ ਛੱਤ ਦੇਖ ਲਓ ਉਹ ਹੀ ਹੈ ਦੇਖੋ ਕੀ ਬਣਾਇਆ ਬੜੀ ਗੱਲ ਹੈ ਦਿਆਰੀ ਹੈ ਨਾ ਉਹ ਹੀ ਦਿਆਰ ਹੈ ਉਹ ਚੀਜ਼ ਹੈ ਛੱਤ ਤੇ ਵੀ ਨਕਸ਼ੋ ਨਿਗਾਰ ਕਰਦੇ ਹਾਂ ਇਹਨੂੰ ਪਹਿਲਾਂ ਸਾਡੇ ਕੋਲ ਮਕਾਨ ਲੈਣ ਵਿੱਚ ਕਿਚਨ ਆਉਣਾ ਦਾ ਉਹ ਹੀ ਹੈ ਖਿੜਕੀਆਂ ਜੀ ਵੇਖੋ ਉਹਨਾਂ ਦੀ ਹੱਥ ਦੀਆਂ ਬਣੀਆਂ ਸਭ ਕੁਝ ਬੱਲੇ ਬੱਲੇ ਮਿੱਟੀ ਦਾ ਨਾ ਬਣਿਆ ਸਾਰਾ ਇਹ ਸਭ ਮਿੱਟੀ ਉਹਨਾਂ ਦਾ ਹੀ ਹੈ ਮਿੱਟੀ ਦਾ ਨੀ ਇੱਟਾਂ ਨੇ ਭੈਣ ਚੋ ਐਡੀ ਚੌੜੀ ਦੀਵਾਰ ਹੈ ਜਿਹੜੀ ਐਡੀ ਚੌੜੀ ਹੈ ਪਤੰਗਸਰ ਉੱਤੇ ਜਾ ਕੇ ਬਾੜੀ ਪਿੱਛੂ ਬੜਾ ਉੱਚਾ ਪਿੱਛੇ ਘਰਾਂ ਨੂੰ ਠੰਡੇ ਕਮਰੇ ਨੇ ਮਿੱਟੀ ਚ ਬਣੇ ਨੇ ਸਾਰੇ ਉੱਤੇ ਮਿੱਟੀ ਦੇ ਇਹ ਛੱਤ ਸਾਰਾ ਬਣਾਇਆ ਬਣਾ ਬਾਕੀ ਦੋ ਕਮਰੇ ਪਾ ਸਾਡੇ ਕੋਲ ਅੱਛਾ ਤੁਸੀਂ ਹੁਣ ਨਵੇਂ ਬਣਾ ਲਏ ਹੋਣਗੇ ਬਣਾ ਲਏ ਹੈ ਉਹ ਵੀ ਇੱਦਾਂ ਹੀ ਡਿਜ਼ਾਇਨ ਹੀ ਹੋਈ ਡਿਜ਼ਾਇਨ ਹੋਈ ਸਿਰ ਕਰ ਦਿੱਤਾ ਇਹਨਾਂ ਨੇ ਉੱਤੇ ਦੀਵਾਰਾਂ ਉਹੀ ਨੇ ਹਨਾ ਹੋਈ ਸਾਰਾ ਖਿੜਕੀ ਦਾ ਸਟਾਈਲ ਦੇਖੋ ਪੁਰਾਣਾ ਸਭ ਉਹੀ ਹੈ ਜਿਹੜਾ ਮੋਟਾ ਖਿੜਕਾ ਦੇਖੋ ਬਾਕੀ ਬਾਲੇ ਵੀ ਹੋਈ ਨੇ ਜੀ 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 ਲੋਕਲ ਬੰਦਾ ਨਹੀਂ ਮਤਲਬ ਲੋਕਲਾਂ ਵਿਚ ਬਛਿੰਦਿਆਂ ਚੋਟਲ ਤੁਸੀਂ ਤੁਹਾਡਾ ਪਿੰਡ ਬਾਬੇ ਉੱਥੋਂ ਉੱਠ ਜ਼ਿਲ੍ਹਾ ਗੁਰਦਾਸਪੁਰ ਪਿੰਡ ਚੱਠੇ ਉੱਥੇ ਉੱਠ ਕੇ ਤੁਸੀਂ ਠੀਕ ਇਹ ਟਰੰਕ ਜਿਹੜਾ ਵਿਆ ਬਕਸ ਇਹ ਵੀ ਪੁਰਾਣਾ ਨਹੀਂ ਪੁਰਾਣਾ ਪੁਰਾਣੀ ਲੱਕੜੀ ਲੱਗਦੀ ਪੁਰਾਣੀ ਸੰਦੂਕ ਜੀ ਉਸ ਵੇਲੇ ਦਾ ਅਨਮੋਲ ਚੀਜ਼ਾਂ ਜਿਹੜੀਆਂ ਅੱਜ ਦੀ ਨਸਲ ਨੂੰ ਨੀ ਪਤਾ ਜੀ ਉਸ ਵੇਲੇ ਲੋਕ ਲੱਕੜੀ ਦੇ ਸੰਦੂਕ ਇਸਤੇਮਾਲ ਕਰਦੇ ਦਰਵਾਜ਼ਾ ਬੰਦ ਕਰੀਏ ਤਸੀਰ ਵੇਲੇ ਦਰਵਾਜ਼ਾ ਦਰਵਾਜ਼ਾ ਬੰਦਾ ਹੀ ਨਾ ਜੀ ਨਾ ਦੇਖੋ ਜੀ ਬੰਦਾ ਸਰੀਰ ਉੱਤੇ ਖੜਾ ਉੱਤੇ ਜੋ ਹੋ ਗਿਆ ਉਹਨਾਂ ਨੇ ਹੱਥ ਵੀ ਕਢਾ ਲਿਆ ਉਹ ਪੀੜੀਆਂ ਬਣਾ ਬਣਾ ਕੇ ਹੁਣ ਇਹ ਘਰ ਕਿਹੜੇ ਸਰਦਾਰ ਦਾ ਸੀ ਇਹ ਕੋਈ ਨੀ ਪਤਾ ਜਿਹੜੀ ਤੂੰ ਦੱਸਣ ਦਿਆ ਨਾ ਹਾਂਜੀ ਇਹ ਤਿੰਨੇ ਇੱਕੋ ਹੀ ਮਕਾਨ ਤਰੇ ਭਰਾ ਇਕੱਠੇ ਹੀ ਸਰ ਹੋਰ ਇੱਥੇ ਕਿਸੇ ਮਕਾਨ ਦਿਖਾਉਂਦੇ ਨਹੀਂ ਇੱਕੋ ਹੀ ਨਾਲ ਬੇਲੀ ਇਹ ਤੁਹਾਨੂੰ ਪੱਕਾ ਪਤਾ ਤਿੰਨੋ ਭਾਈ ਸਨ ਹੋਰ ਕੋਈ ਨਹੀਂ ਉਧਰ ਅਗਲੇ ਪਾਸੇ ਘਰ ਆਉਣਾ ਬੰਦੇ ਨਹੀਂ ਹੋਣੇ ਚਾਹੀਦੇ ਜਾਣਾ ਚਾਹੁੰਦੇ ਚਲੋ ਜੀ ਬਹੁਤ ਬਹੁਤ ਸ਼ੁਕਰੀਆ ਇੱਕੋ ਹੀ ਚੀਜ਼ ਹੈ ਉਹ ਚਲੇ ਗਏ ਉਹਨਾਂ ਨੇ ਇੱਥੋਂ ਦੀ ਲੰਘਣਾ ਇਹ ਵੇਖ ਕੋਠੇ ਉਹਨਾਂ ਨੇ ਪੱਲੇ ਪਾਸੇ ਉਹ ਚਲੇ ਗਏ ਅੱਛਾ ਚਾਚੂ ਜੀ ਇਹ ਪਿੰਡ ਸਾਧੂ ਸਾਧੂ ਤੇ ਉਹ ਆਖਰੀ ਕੰਧ ਉਹ ਚਲੇ ਗਏ ਉਹ ਜਿੱਥੇ ਮਿੱਟੀ ਆਪਣਾ ਮੈਂ ਆਇਆ ਉੱਥੋਂ ਤੱਕ
ਥੋੜਾ ਜਿਹਾ ਇਹਦਾ ਨਕਸ਼ਾ ਬਿਆਨ ਕਰ ਦੋ ਇਹਨੂੰ ਅਸੀਂ ਕੀ ਕਵਾਂਗੇ ਇਸ ਜਗ੍ਹਾ ਨੂੰ ਪਿੰਡ ਦਾ ਪਛਾਣ ਸੈਦੂ ਦਰਮਿਆਨ ਲੱਕ ਦਰਮਿਆਨ ਅੱਧਾ ਪਿੰਡ ਉਧਰ ਅੱਧਾ ਉਧਰ ਦਰਮਿਆਨ ਲੱਕ ਚ ਘਰ ਪਿੰਡ ਦੇ ਵਿਚਕਾਰ ਪੂਰੇ ਵਿਚਕਾਰ ਆ ਗਿਆ ਕਿਉਂਕਿ ਫਿਰ ਸਮਝ ਜਾਣਗੇ ਨਾ ਕਿ ਭਾਈ ਆਪਣਾ ਗੱਲ ਕੀ ਕਰ ਰਹੇ ਪੂਰੇ ਵਿਚਕਾਰ ਆ ਗਿਆ ਜੀ ਮੈਂ ਇਸ ਵੇਲੇ ਪਿੰਡ ਸੈਦੂ ਦਾਤਾ ਦੇ ਵਿੱਚ ਮੌਜੂਦ ਹਾਂ ਜੀ ਤਹਿਸੀਲ ਜ਼ਫਰਵਾਲ ਔਰ ਜ਼ਿਲ੍ਹਾ ਨਾਰੋਵਾਲ ਪਾਕਿਸਤਾਨ ਬਣਨ ਤੋਂ ਪਹਿਲੇ 1947 ਤੋਂ ਪਹਿਲੇ ਇਹ ਪਿੰਡ ਵੀ ਸਿੱਖ ਦਿਓ ਜੱਟਾਂ ਦਾ ਪਿੰਡ ਸੀ ਜੀ ਉਹਨਾਂ ਦੀ ਮਲਕੀਆ ਸੀ ਅਤੇ ਮੈਂ ਤੁਹਾਨੂੰ ਉਹਦੇ ਦਰਸ਼ਨ ਦੀਦਾਰੇ ਕੋਲ ਆ ਰਿਹਾ ਮੈਂ ਥੋੜ੍ਹੀ ਦੇਰ ਪਹਿਲੇ ਅਸੀਂ ਇੱਕ ਘਰ ਦਿਖਾਇਆ ਉਹਦੇ ਘਰ ਦਿਖਾਉਣ ਤੋਂ ਬਾਅਦ ਅਸੀਂ ਨਿਕਲੇ ਜਦ ਬਾਹਰ ਅਤੇ ਚਾਚੂ ਹੋਰੀ ਦੱਸ ਰਹੇ ਸਨ ਕਿ ਇਸ ਜਗ੍ਹਾ ਪਿੰਡ ਦਾ ਦਾਇਰਾ ਹੁੰਦਾ ਸੀ ਅਤੇ ਇੱਥੇ ਬਹੁਤ ਵੱਡਾ ਬੋਰਡ ਦਾ ਦਰਖਤ ਸੀ ਜਿਹਦੇ ਥੱਲੇ ਬਹਿ ਕੇ ਬਾਬੇ ਬੁੱਢੜੇ ਪੇ ਗੱਪਾਂ ਛੱਪਾਂ ਮਾਰਦੇ ਸਨ ਇੱਕ ਦੂਸਰੇ ਦਾ ਹਾਲ ਹਵਾਲ ਪੁੱਛਦੇ ਸਨ ਜੀ ਉਹ ਬੋਰਡ ਦਾ ਬੂਟਾ ਖਤਮ ਹੋ ਗਿਆ ਠੀਕ ਹੈ ਜੀ ਉਹ ਇਸ ਜਗ੍ਹਾ ਬੂਟਾ ਹੁੰਦਾ ਸੀ ਜੀ ਇਸ ਜਗ੍ਹਾ ਬੋਰਡ ਦਾ ਬੂਟਾ ਹੁੰਦਾ ਸੀ ਬਹੁਤ ਵੱਡਾ ਠੀਕ ਹੈ ਜੀ ਇਧਰ ਬਾਰ ਸ਼ਰੀਫ ਪੁਰਾਣਾ ਪਾਕਿਸਤਾਨ ਬਣਨ ਤੋਂ ਪਹਿਲੇ ਬੋਰਡ ਦਾ ਬੂਟਾ ਸੀ ਬੜਾ ਵੱਡਾ ਉਹਨਾਂ ਨੂੰ ਉਹ ਕਿੱਥੇ ਸੀ ਉਹ ਦੱਸੋ ਯਾਰ ਇੱਥੇ ਜਿੱਥੇ ਬੰਦਾ ਬੈਠਾ ਦਾ ਬੜੀ ਬਲਾ ਬੋਰਡ ਦਾ ਬੂਟਾ ਸੀ ਖਤਮ ਹੋ ਗਿਆ ਇੱਥੇ ਖੂਹ ਹੁੰਦਾ ਸੀ ਜਿੱਥੇ ਜਗ੍ਹਾ ਬਣੀ ਹੋਈ ਹੈ ਉਹਨਾਂ ਨੂੰ ਦੱਸੇ ਖੂਹ ਵੀ ਉਹਨਾਂ ਨੂੰ ਪਤਾ ਸਿੱਖਾਂ ਦਾ ਖੂਹ ਦਾ ਨਾਂ ਕੀ ਸੀ ਅੱਲ ਕੀ ਬਸ ਅੱਲ ਉੱਲ ਦਾ ਪਤਾ ਨੀ ਸਾਡੇ ਤੋਂ ਮੈਂ ਆਪੇ ਦੇਖਿਆ ਨਹਾਉਂਦੇ ਰਹੇ ਟੂਟੀਆਂ ਲੱਗੀ ਦੀਆਂ ਅੱਜ ਤੇ ਮਕਾਨ ਬਣੇ ਤੇ ਇਹਦੇ ਨਾਲ ਅੰਬਾਂ ਦਾ ਬਾਗ ਸੀ ਦੋ ਕਿੱਲਿਆਂ ਵਿੱਚ ਉਹਨਾਂ ਹੀ ਲਾਇਆ ਚਾਰ ਕਿਥੇ ਰਵੇਲ ਮੋਤੀਆ ਸਭ ਕੁਝ ਉਹਨਾਂ ਦਾ ਜੀ ਬਾਬਾ ਨਾਨਕ ਸਿੰਘ ਦਾ ਦਰਬਾਰ ਵੀ ਉਹਨਾਂ ਦੇ ਪੈਣ ਸਮਝ ਆ ਜੀ ਜੀ ਪੁਰਾਣਾ ਦਰਬਾਰ ਪਿੰਡ ਸਾਧੂ ਬਾਬਾ ਜੀ ਅਨਾਇਤ ਸ਼ਾਹ ਸਰਕਾਰ ਉਰਸ ਇਹਨਾਂ ਦਾ ਹੁੰਦਾ ਜੀ 6 ਸਪਤੰਬਰ ਨੂੰ ਹਨਾ ਜੀ ਇਹ ਲਿਖਿਆ ਜੀ ਆਸਥਾਨ ਆਲੀਆ ਸੈਦੂ ਦਾਤਾ ਇੱਥੇ ਬਾਗ ਦੱਸ ਰਹੇ ਨੇ ਨਾ ਇੱਥੇ ਖੂਹ ਹੁੰਦਾ ਇੱਥੇ ਖੂਹ ਸੀ ਜੀ ਇਸ ਜਗ੍ਹਾ ਖੂਹ ਅੱਗੇ ਅੰਬਾਂ ਦਾ ਬਾਗ ਅੱਗੇ 2 ਏਕੜ ਦੇ ਵਿੱਚ ਜੀ ਅੰਬਾਂ ਦਾ ਬਾਗ ਸੀ ਜਿਹੜਾ ਉਸ ਸੜਕ ਨੂੰ ਟੱਚ ਕਰਦਾ ਸੀ ਇਹ ਅੱਗੇ ਮੇਨ ਰੋਡ ਸਾਹਮਣੇ ਅੱਗੇ ਕਿੱਥੇ ਜਾ ਟੱਚ ਕਰਦਾ ਸੀ ਇਹ ਮੇਨ ਰੋਡ ਜੀ ਈਸਾ ਸ਼ਾਹ ਗਰੀਬ ਨੂਰਕੋਟ ਸ਼ਕਰਗੜ੍ਹ ਲਿੰਕ ਨਿਕਲਦਾ ਜਾ ਪਿੰਡ ਰਿਹਾ ਜੀ ਬੋਰਡ ਦਾ ਬੂਟਾ ਸੀ ਨਾ ਸੰਪੂ ਨਜ਼ਰ ਆਉਂਦਾ ਰਿਹਾ ਜੜਾਂ ਥੱਲੇ ਲਮਕਦੀਆਂ ਜੜਾਂ ਨਾਲ ਲੋਕ ਮੁੰਡੇ ਝੂਟੇ ਲੈਂਦੇ ਰਹੇ ਉਹ ਜੜਾਂ ਦੀ ਪੀਂਗ ਬਣਾ ਲੈਂਦੇ ਹਾਂ ਅਸੀਂ ਇਸ ਵੇਲੇ ਸੈਦੂ ਆ ਇਧਰ ਨਾਲ ਇਸ ਗਲੀ ਜਾਵਾਂਗੇ ਦਾਤਾ ਸ਼ੁਰੂ ਹੋ ਜਾਏਗਾ ਬਾਬਾ ਦਾਸ ਸਾਡੇ ਬਾਬਾ ਜੀ ਬਾਲੇ ਬੂਲੇ ਦਾਸ ਉੱਥੇ ਬਾਲੇ ਬੂਲੇ ਲੁਹਾਰ ਰਹਿੰਦੇ ਦੋ ਸ਼ਹਿਰ ਹੀ ਕਰਿਓ ਵਿਚਾਰਿਆਂ ਸਿਰ ਲਗਾ ਕੇ ਬੈਠੇ ਬਾਬਾ ਜੀ ਚੰਗਾ ਜਨਾਬ ਅਸਲੇ ਤੇ ਅਸੀਂ ਜਨਾਬ ਇਲਾਕੇ ਦਾ ਬੰਦਾ ਲੈ ਕੇ ਆਇਆ ਅਸੀਂ ਅਸਲੇ ਤੇ ਤੁਹਾਡੇ ਇਲਾਕੇ ਦਾ ਬੰਦਾ ਲੈ ਕੇ ਆਇਆ ਬੰਦਾ ਹੀ ਸਾਡਾ ਆਪਣਾ ਮਿਹਰਬਾਨੀ ਹੈ ਜੀ ਸਰ ਸਿਕਾਣਾ ਮਕਾਨ ਇਹੋ ਬਾਕੀ ਸਾਧੂ ਦਾਤੇ ਹੋਰ ਕੋਈ ਵੀ ਨਹੀਂ ਬਾਕੀ ਲੋਕਾਂ ਆਪਾਂ ਬਣਾ ਕੇ ਬਣਾਏ ਕਮਾਲ ਦੀ ਤਰਜਮਾਨੀ ਤੁਸੀਂ ਕੀਤੀ ਸੋਹਣਾ ਬਰੀਫ ਕੀਤਾ ਵਾ ਠੀਕ ਹੈ ਜੀ ਪੂਰੀ ਦੁਨੀਆਂ ਦੇ ਵੀਡੀਓ ਵੇਖੀ ਜਾਣੀ ਹੈ ਇੱਥੋਂ ਦੇ ਜਿਹੜੇ ਸਰਦਾਰ ਲੋਕ ਨੇ ਉਹਨਾਂ ਦੇ ਪੋਤੇ ਪਾਤੀਆਂ ਉਹਨਾਂ ਤੱਕ ਵੀ ਮੈਸੇਜ ਆਏਗਾ ਜੀ ਬਾਬੇ ਨੇ ਦੱਸੋ ਜੀ ਤੁਹਾਡੀ ਬੋਰਡ ਰਸਮ ਵੱਢ ਕੇ ਖਾ ਰਹੀ ਮੁਸਲਮਾਨ ਅੰਬਾਂ ਦੇ ਬਾਗ ਸੀ ਸੜਕੇ ਜਾ ਕੇ ਲੱਗਾ ਇਹ ਜਿਹੜਾ ਇਹ ਏਰੀਆ ਵੇ ਇਹ ਵਾਲਾ ਉਹ ਅੰਬਾਂ ਦਾ ਬਾਗ ਸੀ ਉਹ ਜਿੱਥੇ ਉਹ ਚਾਰ ਵਾਰੀ ਨਜ਼ਰ ਹੋਈ ਉਹ ਬਣਾ ਦਾ ਘਰ ਬਣਾਇਆ ਦਾ ਅੱਛਾ ਉਹਦੇ ਨਾਲ ਉਹ ਸੂਰਾ ਉਹ ਹੀ ਬੰਨਾ ਦਾ ਉਹ ਬਾਗ ਸੀ ਉਹ ਸੂਰਾ ਸਾਰਾ ਬਾਗ ਸੀ ਉਹ ਜਿਹੜਾ ਕਿਤੇ ਕਬਰਸਤਾਨ ਹੈ ਨਾ ਇਹਨਾਂ ਦੀ ਮਰੀਆਂ ਉੱਥੇ ਅੱਛਾ ਉੱਥੇ ਮਰੀਆਂ ਉਹ ਨਾ ਉਹਦੇ ਪਰ ਮਰੀਆਂ ਇਸੇ ਸਿੱਖਾਂ ਨੂੰ ਸਾਰ ਦੇਣ ਇਹ ਵੀ ਸਰਦਾਰ ਦੇ ਕਿਸੇ ਦਾ ਬਾਗ ਸਰਦਾਰ ਦੇ ਬਾਗ ਹੋਰ ਇੱਥੇ ਕਿਹਨੂੰ ਪੰਜਾਂ ਕਿਲਿਆਂ ਦਾ ਬਾਗ ਸੀ ਭਾਈ ਸਾਰਾ 5 ਕਿਲੇ ਪੈ ਗਈ ਬਾਗ ਸੀ ਹਰ ਰੰਗ ਦਾ ਬੂਟਾ ਸੀ ਰੱਤੇ 3 ਬਾਗ ਹਨ ਸਿੱਖਾਂ ਦੇ 4 ਖੂਹ ਕਿੰਨੇ ਵੇਖੇ ਖੂਹ ਖੂਹ ਇੱਕੋ ਹੀ ਹਾਂ ਇੱਕੋ ਹੀ ਖੂਹ ਆ ਜਿਹੜਾ ਉਹ ਬਾਕੀ ਤੇ ਦੂਰ ਸਨ ਉਹ ਤੇ ਲਾਂਬੇ ਬਾਗ ਬਾਗ ਵਾਲਾ ਖੂਹ ਇੱਕ ਸੀ
ਇਹਨੂੰ ਬਾਗ ਵਾਲਾ ਖੂਹ ਆਂਦੇ ਸਨ, ਫਿਰ ਦੂਸਰੇ ਖੂਹ ਹਾਂ ਉਹਨਾਂ ਦੀ ਅਲੱਗ ਹੀ ਸਨ, ਇੱਕ ਰੋਈ ਵਾਲਾ ਖੂਹ ਦੋ ਸਨ ਉੱਥੇ, ਦੋ ਸਨ ਰਾਮ ਕੀ ਦੇਣ ਗੌਰਮੈਂਟ ਨੇ ਲਾਮ ਕਰਕੇ ਵੇਚ ਛੱਡਿਆ, ਲਾਮ ਕਰਕੇ ਵੇਚ ਛੱਡਿਆ ਸਾਂ, ਇਹ ਲਾਮ ਕਰਕੇ ਵੇਚ ਛੱਡਿਆ ਸਾਂ। ਇੱਥੇ ਵੱਡਾ ਵੱਡਾ ਮਾਲਕ ਸੀ ਜਿਹਦੀ ਜ਼ਿਆਦਾ ਜ਼ਮੀਨ ਸੀ ਸਿੱਖ ਦੀ, ਉਹਦਾ ਤੁਹਾਨੂੰ ਨਾਂ ਪਤਾ? ਗੰਡੂ ਸੀ ਡਰਦੇ, ਕਿਉਂ ਇਸ ਗਰਾ ਗੰਡੂ ਡਰਦੇ ਉਹਨਾਂ ਤਹਿਸੀਲਦਾਰ ਦਾ ਪਿਓ ਜੀ ਗੰਡਾ ਤਹਿਸੀਲਦਾਰ ਮਕਾਨ ਸੀ ਨਾ ਤਹਿਸੀਲਦਾਰ ਬੈਠਕਾ ਹੋਣਾ ਗੰਡੂ ਸੀ, ਗੰਡੂ ਜਿਹੜਾ ਹੁਣ ਮਕਾਨ ਸੀ ਵੇਖ ਕੇ ਆਇਆ ਉਹਨੂੰ, ਉਹਦਾ ਨਾਂ ਸੀ ਗੰਡਾ ਸਿੰਘ, ਸਰਦਾਰ ਗੰਡਾ ਸਿੰਘ ਦੀ ਗੰਡੂ ਗੰਡੂ ਯਾਦ ਹੈ ਗੰਡਾ ਸਿੰਘ ਸੀ ਉਹਦਾ ਨਾਂ, ਉਹਦਾ ਸੀ ਹੁਣ ਮਕਾਨ, ਹਾਂ ਉਹ ਮਕਾਨ ਤਹਿਸੀਲਦਾਰ ਸਨ ਉਹ ਬੈਠਕ ਚ, ਉਹਦਾ ਹੋਰੇ ਮੁੰਡਾ ਤਹਿਸੀਲਦਾਰ ਸੀ ਜਾਉਣਾ ਚੁੱਕ ਆਇਆ ਸੀ ਅਸੀਂ ਦਿਨ ਇਹ ਸੁਣਿਆ ਉਹਨਾਂ ਦਾ ਤਹਿਸੀਲਦਾਰ ਸੀ ਤੇ ਉਹ ਉੱਥੇ ਬੈਠਕ ਸੀ ਉਹਨਾਂ ਦੀ ਸਾਰੀ, ਚੌਧਰੀ ਵੀ ਉਹ ਹੋਇਆ ਪੂਰੇ ਪਿੰਡ ਦਾ ਬਾਅਦ ਚੀਕ ਬਹਿ ਗਏ ਪੱਟੀ ਨੂੰ ਖਾਣਾ ਖੁਣਾ ਖਿਲਾ